ਡਾਕਟਰ ਸਾਹਿਬ ਚਰਨਜੀਤ ਚੰਨੀ ਨੂੰ ਅੱਜ ਵਿਜੀਲੈਂਸ ਦੁਆਰਾ ਬੁਲਾਇਆ ਗਿਆ ਇਹਦੇ ਬਾਰੇ ਕੀ ਕਹੋਗੇ? ਬਈ ਸਰਦਾਰ ਚਰਨਜੀਤ ਚੰਨੀ ਨੇ ਅਗਰ ਕੋਈ ਗਲਤ ਕੀਤਾ ਹੈ, ਕੋਈ ਗਬਨ ਕੀਤਾ ਹੈ, ਤੇ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਹੋਣੀ ਹੀ ਚਾਹੀਦੀ ਹੈ। ਲੇਕਿਨ ਮੇਰਾ ਇਤਰਾਜ ਸਿੰਪਲ ਇਹ ਆ ਕਿ ਬਾਬਾ ਸਾਹਿਬ ਅੰਬੇਦਕਰ ਦੇ ਦਿਨ ਵਾਲੇ ਦਿਨ ਉਹਨੂੰ ਬੁਲਾਣਾ ਤਾਂ ਕਿ ਬਾਬਾ ਸਾਹਿਬ ਅੰਬੇਦਕਰ ਦੇ ਪ੍ਰੋਗਰਾਮ ਦੇ ਸ਼ਾਮਲ ਨਾ ਹੋ ਸਕੇ, ਇਹ ਘਟੀਆ ਮਾਨਸਿਕਤਾ ਹੈ। ਬਈ ਤੁਸੀਂ ਉਹਨਾਂ ਨੂੰ 15 ਨੂੰ, 16 ਨੂੰ, 17 ਨੂੰ, 18 ਨੂੰ, ਬਈ 20 ਨੂੰ ਤੁਸੀਂ ਬੁਲਾਇਆ ਹੀ ਹੋਇਆ ਸੀ, ਲੇਕਿਨ ਅੱਜ ਦੇ ਦਿਨ ਬੁਲਾ ਕੇ ਤੁਸੀਂ ਕੀ ਦੱਸਣਾ ਚਾਹ ਰਹੇ ਹੋ? ਮੈਂ ਮਹਿਸੂਸ ਕਰਦਾ ਕਿ ਬਾਬਾ ਸਾਹਿਬ ਅੰਬੇਦਕਰ ਦੀ ਕੌਮ ਦੀ ਤੋਹੀਨ ਹੈ। ਦੋਸ਼ੀ ਕੋਈ ਵੀ ਹੋਵੇ, ਸਖਤ ਕਾਰਵਾਈ ਹੋਣੀ ਚਾਹੀਦੀ ਹੈ। ਲੇਕਿਨ ਮੈਂ ਸਮਝਣਾ ਕਿ ਇਹ ਬਾਬਾ ਸਾਹਿਬ ਅੰਬੇਦਕਰ ਦੇ ਦਿਨ ਇਹ ਘਟੀਆ ਮਾਨਸਿਕਤਾ ਹੈ। ਡਾਕਟਰ ਸਾਹਿਬ ਚਰਨਜੀਤ ਚੰਨੀ ਨੂੰ ਅੱਜ ਵਿਜੀਲੈਂਸ ਦੁਆਰਾ ਬੁਲਾਇਆ ਗਿਆ ਬਾਰੇ ਕੀ ਕਹੋਗੇ? ਬਈ ਸਰਦਾਰ ਚਰਨਜੀਤ ਚੰਨੀ ਨੇ ਅਗਰ ਕੋਈ ਗਲਤ ਕੀਤਾ ਹੈ, ਕੋਈ ਗਬਨ ਕੀਤਾ ਹੈ, ਤੇ ਉਹਨਾਂ ਦੇ ਖਿਲਾਫ਼ ਸਖਤ ਕਾਰਵਾਈ ਹੋਣੀ ਹੀ ਚਾਹੀਦੀ ਹੈ। ਲੇਕਿਨ ਮੇਰਾ ਇਤਰਾਜ ਸਿੰਪਲ ਇਹ ਆ ਕਿ ਬਾਬਾ ਸਾਹਿਬ ਅੰਬੇਦਕਰ ਦੇ ਦਿਨ ਵਾਲੇ ਦਿਨ ਉਹਨੂੰ ਬੁਲਾਣਾ ਤਾਂ ਕਿ ਬਾਬਾ ਸਾਹਿਬ ਅੰਬੇਦਕਰ ਦੇ ਪ੍ਰੋਗਰਾਮ ਦੇ ਸ਼ਾਮਲ ਨਾ ਹੋ ਸਕੇ, ਇਹ ਘਟੀਆ ਮਾਨਸਿਕਤਾ ਹੈ। ਬਈ ਤੁਸੀਂ ਉਹਨਾਂ ਨੂੰ 15 ਨੂੰ, 16 ਨੂੰ, 17 ਨੂੰ, 18 ਨੂੰ, ਬਈ 20 ਨੂੰ ਤੁਸੀਂ ਬੁਲਾਇਆ ਹੀ ਹੋਇਆ ਸੀ, ਲੇਕਿਨ ਅੱਜ ਦੇ ਦਿਨ ਬੁਲਾ ਕੇ ਤੁਸੀਂ ਕੀ ਦੱਸਣਾ ਚਾਹ ਰਹੇ ਹੋ? ਮੈਂ ਮਹਿਸੂਸ ਕਰਦਾ ਕਿ ਬਾਬਾ ਸਾਹਿਬ ਅੰਬੇਦਕਰ ਦੀ ਕੌਮ ਦੀ ਤੋਹੀਨ ਹੈ। ਦੋਸ਼ੀ ਕੋਈ ਵੀ ਹੋਵੇ, ਸਖਤ ਕਾਰਵਾਈ ਹੋਣੀ ਚਾਹੀਦੀ ਹੈ। ਲੇਕਿਨ ਮੈਂ ਸਮਝਣਾ ਕਿ ਇਹ ਬਾਬਾ ਸਾਹਿਬ ਅੰਬੇਦਕਰ ਦੇ ਦਿਨ ਇਹ ਘਟੀਆ ਮਾਨਸਿਕਤਾ ਹੈ। ਡਾਕਟਰ ਸਾਹਿਬ ਚਰਨਜੀਤ ਚੰਨੀ ਨੂੰ ਅੱਜ ਵਿਜੀਲੈਂਸ ਦੁਆਰਾ ਬੁਲਾਇਆ ਗਿਆ ਬਾਰੇ ਕੀ ਕਹੋਗੇ? ਬਈ ਸਰਦਾਰ ਚਰਨਜੀਤ ਚੰਨੀ ਨੇ ਅਗਰ ਕੋਈ ਗਲਤ ਕੀਤਾ ਹੈ, ਕੋਈ ਗਬਨ ਕੀਤਾ ਹੈ, ਤੇ ਉਹਨਾਂ ਦੇ ਖਿਲਾਫ਼ ਸਖਤ ਕਾਰਵਾਈ ਹੋਣੀ ਹੀ ਚਾਹੀਦੀ ਹੈ। ਲੇਕਿਨ ਮੇਰਾ ਇਤਰਾਜ ਸਿੰਪਲ ਇਹ ਆ ਕਿ ਬਾਬਾ ਸਾਹਿਬ ਅੰਬੇਦਕਰ ਦੇ ਦਿਨ ਵਾਲੇ ਦਿਨ ਉਹਨੂੰ ਬੁਲਾਣਾ ਤਾਂ ਕਿ ਬਾਬਾ ਸਾਹਿਬ ਅੰਬੇਦਕਰ ਦੇ ਪ੍ਰੋਗਰਾਮ ਦੇ ਸ਼ਾਮਲ ਨਾ ਹੋ ਸਕੇ, ਇਹ ਘਟੀਆ ਮਾਨਸਿਕਤਾ ਹੈ। ਬਈ ਤੁਸੀਂ ਉਹਨਾਂ ਨੂੰ 15 ਨੂੰ, 16 ਨੂੰ, 17 ਨੂੰ, 18 ਨੂੰ, ਬਈ 20 ਨੂੰ ਤੁਸੀਂ ਬੁਲਾਇਆ ਹੀ ਹੋਇਆ ਸੀ, ਲੇਕਿਨ ਅੱਜ ਦੇ ਦਿਨ ਬੁਲਾ ਕੇ ਤੁਸੀਂ ਕੀ ਦੱਸਣਾ ਚਾਹ ਰਹੇ ਹੋ? ਮੈਂ ਮਹਿਸੂਸ ਕਰਦਾ ਕਿ ਬਾਬਾ ਸਾਹਿਬ ਅੰਬੇਦਕਰ ਦੀ ਕੌਮ ਦੀ ਤੋਹੀਨ ਹੈ। ਦੋਸ਼ੀ ਕੋਈ ਵੀ ਹੋਵੇ, ਸਖਤ ਕਾਰਵਾਈ ਹੋਣੀ ਚਾਹੀਦੀ ਹੈ। ਲੇਕਿਨ ਮੈਂ ਸਮਝਣਾ ਕਿ ਇਹ ਬਾਬਾ ਸਾਹਿਬ ਅੰਬੇਦਕਰ ਦੇ ਦਿਨ ਇਹ ਘਟੀਆ ਮਾਨਸਿਕਤਾ ਹੈ। ਡਾਕਟਰ ਸਾਹਿਬ ਚਰਨਜੀਤ ਚੰਨੀ ਨੂੰ ਅੱਜ ਵਿਜੀਲੈਂਸ ਦੁਆਰਾ ਬੁਲਾਇਆ ਗਿਆ ਬਾਰੇ ਕੀ ਕਹੋਗੇ? ਬਈ ਸਰਦਾਰ ਚਰਨਜੀਤ ਚੰਨੀ ਨੇ ਅਗਰ ਕੋਈ ਗਲਤ ਕੀਤਾ ਹੈ, ਕੋਈ ਗਬਨ ਕੀਤਾ ਹੈ, ਤੇ ਉਹਨਾਂ ਦੇ ਖਿਲਾਫ਼ ਸਖਤ ਕਾਰਵਾਈ ਹੋਣੀ ਹੀ ਚਾਹੀਦੀ ਹੈ। ਲੇਕਿਨ ਮੇਰਾ ਇਤਰਾਜ ਸਿੰਪਲ ਇਹ ਆ ਕਿ ਬਾਬਾ ਸਾਹਿਬ ਅੰਬੇਦਕਰ ਦੇ ਦਿਨ ਵਾਲੇ ਦਿਨ ਉਹਨੂੰ ਬੁਲਾਣਾ ਤਾਂ ਕਿ ਬਾਬਾ ਸਾਹਿਬ ਅੰਬੇਦਕਰ ਦੇ ਪ੍ਰੋਗਰਾਮ ਦੇ ਸ਼ਾਮਲ ਨਾ ਹੋ ਸਕੇ, ਇਹ ਘਟੀਆ ਮਾਨਸਿਕਤਾ ਹੈ। ਬਈ ਤੁਸੀਂ ਉਹਨਾਂ ਨੂੰ 15 ਨੂੰ, 16 ਨੂੰ, 17 ਨੂੰ, 18 ਨੂੰ, ਬਈ 20 ਨੂੰ ਤੁਸੀਂ ਬੁਲਾਇਆ ਹੀ ਹੋਇਆ ਸੀ, ਲੇਕਿਨ ਅੱਜ ਦੇ ਦਿਨ ਬੁਲਾ ਕੇ ਤੁਸੀਂ ਕੀ ਦੱਸਣਾ ਚਾਹ ਰਹੇ ਹੋ? ਮੈਂ ਮਹਿਸੂਸ ਕਰਦਾ ਕਿ ਬਾਬਾ ਸਾਹਿਬ ਅੰਬੇਦਕਰ ਦੀ ਕੌਮ ਦੀ ਤੋਹੀਨ ਹੈ। ਦੋਸ਼ੀ ਕੋਈ ਵੀ ਹੋਵੇ, ਸਖਤ ਕਾਰਵਾਈ ਹੋਣੀ ਚਾਹੀਦੀ ਹੈ। ਲੇਕਿਨ ਮੈਂ ਸਮਝਣਾ ਕਿ ਇਹ ਬਾਬਾ ਸਾਹਿਬ ਅੰਬੇਦਕਰ ਦੇ ਦਿਨ ਇਹ ਘਟੀਆ ਮਾਨਸਿਕਤਾ ਹੈ।